ਜੇ ਕਿਸੇ ਨੂੰ ਇਹ ਨਹੀਂ ਪਤਾ ਕਿ ਥੁੱਕ ਕੇ ਚੱਟਣਾ ਕਿਸ ਨੂੰ ਕਹਿੰਦੇ ਹਨ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ। ਹਲੇ ਕਿਸਾਨ ਅੰਦੋਲਨ ਖਤਮ ਹੋਏ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਜਦ ਸਾਰਾ ਪੰਜਾਬ ਇਕੱਠਾ ਹੋ ਕੇ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਅੱਗੇ ਡਟ ਗਿਆ ਸੀ ਅਤੇ ਇਹਨਾਂ ਲੋਕਾਂ ਦਾ ਉਦੋਂ ਲਗਾਤਾਰ ਵਿਰੋਧ ਪੂਰੇ ਜ਼ੋਰਾਂ ਸ਼ੋਰਾਂ ਨਾਲ ਕਰ ਰਿਹਾ ਸੀ। ਉਸ ਸਮੇਂ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਇਹਨਾਂ ਹੀ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਜੋ ਕਿ ਅੱਜ ਅਡਾਨੀਆਂ ਦੇ ਸੈਲੋ ਅੱਗੇ 3-4 ਕਿਲੋਮੀਟਰ ਦੀਆਂ ਲੰਬੀਆਂ ਲਾਈਨਾਂ ਲਗਾ ਕੇ ਖੜੇ ਹਨ। ਕੁਝ ਕੁ ਉਦਾਹਰਣਾਂ ਰਾਹੀਂ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਲੋਕ ਕਹਿੰਦੇ ਸੀ ਰਿਲਾਇੰਸ ਦੇ ਪੰਪ ਤੋਂ ਤੇਲ ਤੱਕ ਨਹੀਂ ਪਵਾਉਣਾ ਅਤੇ ਅੰਦੋਲਨ ਖਤਮ ਹੋਣ ਤੋਂ ਬਾਅਦ ਅਗਲਿਆਂ ਨੇ ਸਿਰਫ 1 ਰੁਪਿਆ ਤੇਲ ਸਸਤਾ ਕੀਤਾ ਅਤੇ ਬਾਜ਼ਾਰ ਵਿੱਚ ਜਨਤਾ ਸਭ ਭੁੱਲ ਕੇ ਉਧਰ ਨੂੰ ਹੋ ਗਈ ਅਤੇ ਸਭ ਤੋਂ ਲੰਬੀਆਂ ਲਾਈਨਾਂ ਰਿਲਾਇੰਸ ਦੇ ਪੈਟਰੋਲ ਪੰਪ ਦੇ ਬਾਹਰ ਹੀ ਦੇਖਣ ਨੂੰ ਮਿਲੀਆਂ। ਲੋਕਾਂ ਨੇ ਤਾਂ ਉਸ ਸਮੇਂ ਜੀਓ ਦਾ ਵੀ ਬਾਈਕਾਟ ਸ਼ੁਰੂ ਕਰ ਦਿੱਤਾ ਸੀ, ਪਰ ਜੀਓ ਵਾਲਿਆਂ ਨੇ ਸਿਰਫ ਥੋੜਾ ਜਿਹਾ ਰੇਟ ਘਟਾਇਆ, ਇੰਟਰਨੈਟ ਦੀ ਸਪੀਡ ਵਧਾਈ ਤੇ ਸਰਵਿਸ ਦਾ ਏਰੀਆ ਵੱਡਾ ਕੀਤਾ ਤਾਂ ਜੀਓ ਦੇ ਸਿਮ ਵੀ ਲੋਕ ਆਮ ਤਰ੍ਹਾਂ ਵਰਤਣ ਲੱਗ ਪਏ ਅਤੇ ਸਭ ਕੁਝ ਭੁੱਲ ਗਏ। ਜਿਹੜੇ ਅਡਾਨੀ ਸੈਲੋ ਦੇ ਮੂਰੇ ਧਰਨਾ ਲਾ ਕੇ ਬੈਠੇ ਸੀ ਅਤੇ ਇਹ ਸੋਚ ਰਹੇ ਸੀ ਕਿ ਇਹ ਸਾਡੀ ਫਸਲ ਖਰੀਦਣ ਲੱਗ ਗਏ ਤਾਂ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਤੇ ਇਹ ਮਨੋਪਲੀ ਕਰਕੇ ਬਾਅਦ ਚ ਘੱਟ ਰੇਟ ਤੇ ਫਸਲ ਖਰੀਦਿਆ ਕਰਨਗੇ। ਅੱਜ ਉਸੇ ਸਾਇਲੋ ਦੇ ਮੂਰੇ ਕਣਕ ਦੀਆਂ ਭਰੀਆਂ ਟਰਾਲੀਆਂ ਦੀ ਲਾਈਨ ਨਹੀਂ ਟੁੱਟ ਰਹੀ ਕਿਉਂਕਿ ਉਹਨਾਂ ਨੇ ਕੁਝ ਛੋਟੀਆਂ ਛੋਟੀਆਂ ਸਹੂਲਤਾਂ ਦੇ ਦਿੱਤੀਆਂ ਜਿਵੇਂ ਕਿ ਫ੍ਰੀ ਸਫਾਈ, ਫ੍ਰੀ ਅਨਲੋਡਿੰਗ ਅਤੇ ਘੱਟ ਸਮਾਂ। ਮੋਗੇ ਦੇ ਅਡਾਨੀ ਸਾਇਲੋ ਦੇ ਮੂਰੇ ਲੱਗੀਆਂ 3-4 ਕਿਲੋਮੀਟਰ ਟਰਾਲੀਆਂ ਦੀਆਂ ਲਾਈਨਾਂ ਕੀ ਸਾਨੂੰ ਹੁਣ ਮੂੰਹ ਨਹੀਂ ਚੜਾਉਂਦੀਆਂ? ਅਸੀਂ ਦਿੱਲੀ ਦੇ ਬਾਰਡਰਾਂ ਤੇ ਇਹਨਾਂ ਕਾਰਨਾਂ ਕਰਕੇ ਸਾਲ ਤੋਂ ਉੱਤੇ ਬੈਠੇ ਰਹੇ ਅਤੇ 800 ਬੰਦੇ ਆਪਣੇ ਸ਼ਹੀਦ ਕਰਵਾ ਲਏ ਅਤੇ ਅੱਜ ਉਹੀ ਕਿਸਾਨ ਅਡਾਨੀ ਨੂੰ ਕਣਕ ਵੇਚ ਰਹੇ ਹਨ। ਇਹ ਵੀ ਸੁਣਨ ਚ ਆਇਆ ਕਿ ਅਡਾਨੀ ਸਾਇਲੋ ਦਾ ਪੰਜਾਬੀ ਮੈਨੇਜਰ ਪੱਤਰਕਾਰਾਂ ਨੂੰ ਪੱਟ ਥਾਪੜ ਕੇ ਕਹਿ ਰਿਹਾ ਹੈ ਕਿ 2-4 ਦਿਨਾਂ ਚ ਹੋਰ ਸਾਇਲੋ ਪੂਰੀ ਤਰ੍ਹਾਂ ਫੁੱਲ ਹੋ ਜਾਵੇਗਾ। ਇਹੀ ਲਾਲਚ ਹਿਮਾਚਲ ਦੇ ਸੇਬ ਦੇ ਬਾਗਾਂ ਵਾਲਿਆਂ ਵੇਲੇ ਕੀਤਾ ਗਿਆ ਸੀ। ਪਹਿਲਾਂ 2 ਸਾਲ ਅਡਾਨੀ ਨੇ ਸੇਬ ਸਰਕਾਰੀ ਮੰਡੀ ਨਾਲੋਂ ਥੋੜਾ ਵੱਧ ਰੇਟ ਤੇ ਖਰੀਦਿਆ, ਫਿਰ ਜਦੋਂ ਸਰਕਾਰੀ ਮੰਡੀਆਂ ਦੇ ਖਰਚੇ ਨਹੀਂ ਪੂਰੇ ਹੋਏ ਤਾਂ ਮੰਡੀਆਂ ਬੰਦ ਹੋ ਗਈਆਂ। ਹੁਣ ਉਹੀ ਸੇਬ ਅਡਾਨੀ ਅੱਧੇ ਰੇਟ ਤੇ ਖਰੀਦ ਰਿਹਾ ਹੈ। ਕਿੰਨਾ ਸੌਖਾ ਹੈ ਸਾਡੇ ਲੋਕਾਂ ਨੂੰ ਭਰਮਾਉਣਾ ਅਤੇ ਉਹਨਾਂ ਨੂੰ ਆਪਣੇ ਪਿੱਛੇ ਲਾਉਣਾ। ਅੱਜ ਦੇ ਲੋਕਾਂ ਦੀ ਗੈਰਤ ਸ਼ਾਇਦ ਕੁਝ ਕੁ ਟਾਈਮ ਦੇ ਫਾਇਦੇ ਲਈ ਵਿਕਦੀ ਦਿਖਾਈ ਦੇ ਰਹੀ ਹੈ, ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਕੁਝ ਯਾਦ ਨਹੀਂ ਰਹਿੰਦਾ ਚਾਹੇ ਜਿੰਨੇ ਮਰਜ਼ੀ ਸ਼ਹੀਦ ਹੋ ਜਾਣ, ਕਿਉਂਕਿ ਅਸੀਂ ਤਾਂ ਏਡੇ ਵੱਡੇ ਸੰਘਰਸ਼ ਭੁੱਲ ਕੇ ਵੀ ਅੱਜ ਉਹਨਾਂ ਦੇ ਅੱਗੇ ਲੰਬੀਆਂ ਲਾਈਨਾਂ ਲਗਾ ਕੇ ਖੜੇ ਹਾਂ। ਤੁਸੀਂ ਇਸ ਵਿੱਚ ਸਾਰਾ ਕਿਸ ਦਾ ਦੋਸ਼ ਸਮਝਦੇ ਹੋ? ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ। ਬਿਊਰੋ ਰਿਪੋਰਟ ਪ੍ਰਾਈਮੋ ਦੇ।